करीब 7-8 घंटे चली लड़ाई दे विच जिथे 600 तो वध अफगानी जिहड़े मारे गए सी। ये शुरू तो बड़ी त्रासदी रही है जी। वो जिहड़ी एंगलो सिख वार मेमोरियल है वह महाराजा रणजीत सिंह की मौत तो बाद जिहड़ियां सिखां दीआं 4 लड़ाइयां होईआं सी उस लड़ाई दे विच जिहड़े सिख शहीद होए सी उन्हां दी यादगार उत्थे बनाई गई सी। सरकारे खालसा एक तरह नाल जिवें सारिआं नूं लगदा वी उस इलाके दा नहीं देश दा नहीं हर घर घर दा जिवें प्यो मर गया होवे ते सारे उहदे आप नूं अनाथ महसूस करदे सी। उन्हां वेलिआं दे विच सिखां ने इकट्ठे हो के जिहड़ी लड़ाई लड़ी अंग्रेज़ां दे खिलाफ़ 4 लड़ाइयां लड़ियां उहदे विच शहादतां पाउण वालिआं नूं अज भी नहीं पूछा जा रहा वो उन्होंने जिहड़े उत्थे यादगार बनाई गई है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਪਰਮਜੀਤ ਸਖਾਣਾ। ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਅਤੇ ਸਾਰਾਗੜ੍ਹੀ ਦੀ ਜੰਗ ਬਾਰੇ ਪੰਜਾਬੀ ਭਲੀ ਭਾਂਤ ਜਾਣਦੇ ਆ ਅਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਖਾਸ ਤੌਰ 'ਤੇ ਪੰਜਾਬ ਦੇ CM ਸਰਦਾਰ ਭਗਵੰਤ ਸਿੰਘ ਮਾਨ ਵੀ ਪਹੁੰਚ ਰਹੇ ਆ। ਤਾਂ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਦੀਆਂ ਹਨ ਜਿੱਥੇ ਪੰਜਾਬ ਦੇ CM ਭਗਵੰਤ ਮਾਨ ਜਿਹੜੇ ਆ ਉਹ ਪਹੁੰਚ ਰਹੇ ਆ। ਤਾਂ ਇੱਥੇ ਸਮਾਗਮ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਸੰਬੋਧਨ ਜਿਹੜਾ ਉਹ ਕੀਤਾ ਜਾਵੇਗਾ। ਤਾਂ ਬਿਲਕੁਲ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਇਹ ਉਹ ਇਤਿਹਾਸ ਆ ਜਿਹੜਾ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਲਿਖਿਆ ਹੋਇਆ, ਸਾਰਾਗੜ੍ਹੀ ਦੀ ਲੜਾਈ ਬਾਰੇ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ। ਤਾਂ ਸਾਡੇ ਨਾਲ ਇੱਥੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਥਿੰਦ ਵੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਤਿਹਾਸ ਬਾਰੇ। ਥਿੰਦ ਸਾਹਿਬ, ਅਗਰ ਸਾਰਾਗੜ੍ਹ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇਤਿਹਾਸ ਕੀ ਹੈ? ਇਹ ਜੀ 12 ਸਤੰਬਰ 1897 ਨੂੰ ਅੰਗਰੇਜ਼ ਫੌਜਾਂ ਦੀ ਅਤੇ ਅਫਗਾਨਿਸਤਾਨ ਦੇ ਕਬੀਲਿਆਂ ਦੀ ਆਪਸ ਵਿੱਚ ਇੱਕ ਲੜਾਈ ਹੋਈ ਸੀ ਸਾਰਾਗੜ੍ਹੀ ਦੇ ਇਲਾਕੇ ਦੇ ਵਿੱਚ। ਉਹਦੇ ਵਿੱਚ ਉੱਥੇ ਕਰੀਬ 7-8 ਘੰਟੇ ਚੱਲੀ ਲੜਾਈ ਦੇ ਵਿੱਚ ਜਿੱਥੇ 600 ਤੋਂ ਵੱਧ ਅਫਗਾਨੀ ਜਿਹੜੇ ਮਾਰੇ ਗਏ ਸੀ ਉੱਥੇ 21 ਸਿੱਖ ਫੌਜੀ ਅਤੇ ਇੱਕ ਇਹਨਾਂ ਦੇ ਨਾਲ ਜਿਹੜਾ ਮਸ਼ਕੀ ਸੀ ਮੁਸਲਮਾਨ ਮਸ਼ਕੀ ਸੀ ਉਹ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸੀ। ਇਸ ਲੜਾਈ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਇਹਨਾਂ ਸਾਰਿਆਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਜਿਹੜਾ ਸਨਮਾਨ ਦਿੱਤਾ ਗਿਆ ਸੀ। ਉਹ ਅੰਗਰੇਜ਼ੀ ਫੌਜ ਦੇ ਕਿਸੇ ਵੀ ਜਿਹੜੇ ਅਫਸਰ ਨੂੰ ਸ਼ਹੀਦ ਅਫਸਰ ਨੂੰ ਦਿੱਤੇ ਜਾਣ ਵਾਲਾ ਇੱਕ ਹੈ ਵਿਕਟੋਰੀਆ ਕ੍ਰਾਸ, ਉਹਦੇ ਬਰਾਬਰ ਮੰਨਿਆ ਜਾਂਦਾ ਸੀ। ਪਰ ਉਹ ਕਿਉਂਕਿ ਜੇ ਇੰਡੀਅਨ ਸੀ ਤਾਂ ਇਹਨਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦਿੱਤਾ ਗਿਆ ਸੀ ਉਸ ਸਮੇਂ। ਔਰ ਇਸ ਤੋਂ ਬਾਅਦ ਇਸ ਲੜਾਈ ਦੀ ਜਿਹੜੀ ਚਰਚਾ ਕੀਤੀ ਗਈ ਅੰਗਰੇਜ਼ਾਂ ਨੇ, ਅੰਗਰੇਜ਼ ਇਹ ਲੜਾਈ ਇੱਕ ਤਰ੍ਹਾਂ ਨਾਲ ਹਾਰ ਗਏ ਸਨ, ਦੂਜੇ ਪਾਸੇ ਵੇਖਿਆ ਜਾਵੇ ਤਾਂ ਜਿਹੜੇ ਅਫਗਾਨੀ ਕਬੀਲਿਆਂ ਵਾਲੇ ਸੀ ਉਹ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ। ਉਸ ਲੜਾਈ ਦੇ ਵਿੱਚ ਉਹਨਾਂ ਦਾ ਜਿਹੜਾ ਮਕਸਦ ਸੀ ਇਸ ਚੌਂਕੀ 'ਤੇ ਕਬਜ਼ਾ ਕਰਕੇ ਅਤੇ ਜਿਹੜੀਆਂ 3 ਚੌਂਕੀਆਂ ਟੋਟਲ ਸੀ ਸਰਾਊਂਡਿੰਗ, ਇੱਕ ਇਸ ਪਾਸੇ ਇੱਕ ਇਸ ਪਾਸੇ, ਉਹਨਾਂ ਤਿੰਨਾਂ 'ਤੇ ਕਬਜ਼ਾ ਕਰਨਾ ਸੀ। ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਇਲਾਕੇ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਸੀ। ਜਿਸ ਤਰ੍ਹਾਂ ਆਪਣੇ ਲੋਕ ਉਸ ਵੇਲੇ ਆਜ਼ਾਦੀ ਦੀ ਲੜਾਈ ਲੜ ਰਹੇ ਸਨ ਉਸ ਤਰ੍ਹਾਂ ਅਫਗਾਨਿਸਤਾਨ ਵਾਲੇ ਵੀ ਇਹ ਲੜਾਈ ਇਸੇ ਤਰ੍ਹਾਂ ਦੀ ਲੜ ਰਹੇ ਸਨ। ਔਰ ਪਰ ਇਤਿਹਾਸ ਦੇ ਵਿੱਚ ਇੱਕ ਪਾਸੜ ਜਦੋਂ ਹੁੰਦੀਆਂ ਚੀਜ਼ਾਂ, ਕਿਸੇ ਨੂੰ ਚੰਗਾ ਬਣਾ ਕੇ ਪੇਸ਼ ਕਰਤਾ, ਕਿਸੇ ਨੂੰ ਵਿਲਨ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਚਲੋ ਹੋ ਗਿਆ ਜੋ ਵੀ। ਔਰ ਉਸ ਦਿਨ 21 ਜਿਹੜੇ ਸਿੱਖ ਸ਼ਹੀਦ ਹੋਏ ਸੀ ਔਰ ਇੱਕ ਮੁਸਲਮਾਨ ਮਸ਼ਕੀ ਜਿਹੜਾ ਸ਼ਹੀਦ ਹੋਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਸਰਕਾਰ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾਂਦਾ, ਇਹ ਸੂਬਾ ਪੱਧਰੀ ਸਮਾਗਮ ਹੁੰਦਾ, ਇਹਦੇ ਵਿੱਚ ਫੌਜ ਵੀ ਇਨਵੋਲਵ ਹੁੰਦੀ ਆ। ਔਰ ਕਿਉਂਕਿ ਉਹ ਫੌਜ ਦੀ ਜਿਹੜੀ ਉਦੋਂ ਚਾਰ ਸਿੱਖ ਰੈਜੀਮੈਂਟ ਸੀ ਜਿਹੜੀ ਉਹਦੇ ਜਿਹੜੇ ਫੌਜੀ ਸਨ ਜਿਹੜੇ ਸ਼ਹੀਦ ਹੋਏ ਸਨ, ਇਸ ਕਰਕੇ ਸਰਕਾਰ ਵੱਲੋਂ ਇਹਨੂੰ ਹਰ ਸਾਲ ਬੜੇ ਮਤਲਬ ਅਹਿਮ ਤਰੀਕੇ ਨਾਲ ਮਨਾਇਆ ਜਾਂਦਾ ਜੀ। ਅਗਰ ਸ਼ਹੀਦਾਂ ਦੀ ਯਾਦਗਾਰਾਂ ਵਿੱਚ ਜਿਹੜੀਆਂ ਇਮਾਰਤਾਂ ਬਣੀਆਂ ਹੋਈਆਂ ਉਹਨਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇੱਧਰ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਸਾਹਿਬ ਬਣਿਆ ਹੋਇਆ, ਚੰਗੀ ਸਾਂਭ ਸੰਭਾਲ ਜਿਹੜੀ ਕੀਤੀ ਹੋਈ ਆ, ਅਗਰ ਇਸ ਤਰ੍ਹਾਂ ਗੱਲ ਕਰੀਏ ਫਿਰੋਜ਼ਸ਼ਾਹ ਵਿਖੇ ਤਾਂ ਉੱਥੇ ਵੀ ਇੱਕ ਇਮਾਰਤ ਜਿਹੜੀ ਬਣੀ ਹੋਈ ਆ ਤਾਂ ਕਾਫੀ ਉਸਦੀ ਖਸਤਾ ਹਾਲਤ ਆ, ਉਹਨਾਂ ਬਾਰੇ ਕਿਵੇਂ ਦੇਖਦੇ? ਇਹ ਸ਼ੁਰੂ ਤੋਂ ਬੜੀ ਤਰਾਸਦੀ ਰਹੀ ਹੈ ਜੀ। ਉਹ ਜਿਹੜੀ ਐਂਗਲੋ ਸਿੱਖ ਵਾਰ ਮੈਮੋਰੀਅਲ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ 4 ਲੜਾਈਆਂ ਹੋਈਆਂ ਸੀ ਉਹ ਉੱਥੇ ਉਸ ਲੜਾਈ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ ਉੱਥੇ ਬਣਾਈ ਗਈ ਸੀ। ਉਸ ਯਾਦਗਾਰ ਨੂੰ ਇਹ ਬਣਾਇਆ ਸੀ 1970 ਦੇ ਦਹਾਕੇ ਵਿੱਚ ਬਣੀ ਸੀ ਯਾਦਗਾਰ।
उस तो बाद सरकारां ने पिछे मुड़ के नहीं वेख्या। अज बड़ी मंदहाली दे विच ओह यादगार है, म्यूजियम है जिहड़ा, उत्थे प्रॉपर स्टाफ है नहीं, उत्थे सेवादार बीबी एक है वह गाइड का काम करती है, जे कोई भुलिया भुलेख भटकया कोई स्कूलों वाले बच्चों को लैके आ जाता तो उतों सारी जानकारी ओदे बारे सेवादार बीबी देंदी है। और अंदर जिहड़ियां तस्वीरां लगियां, तस्वीरां भी पार्टियां पईआं कई जगह तो, कई जिहड़े जिहड़े गोरे आ उहनां दीआं अक्खां दे विच नेजे मार दित्ते गए। और ईवन महाराज रणजीत सिंह दी इक पिस्तौल 20 साल पहलों उत्थों चोरी हो गई सी, उहदा अज तक तो पता नहीं लगा वो कित्थे गई कित्थे नहीं गई, ना ही सरकारां ने कोई दिलचस्पी विखाई। इह त्रासदी रही है शुरू तों, जिहड़े लोक देश लई लड़े, अंग्रेज़ां नाल लड़े, कौम लई लड़े, ਉਹਨਾਂ ਨੂੰ ਪੁੱਛਿਆ ਕਿਸੇ ਨਹੀਂ ਜਾ ਰਿਹਾ। ਹੁਣ ਇਹ ਜਿਹੜੇ ਸ਼ਹੀਦ ਸੀ, ਜਿਹੜੇ 21 ਸ਼ਹੀਦ ਸੀ, ਚਲੋ ਇਹਨਾਂ ਦੀ ਬਹੁਤ ਵੱਡੀ ਬਹਾਦਰੀ ਸੀ, ਬਹੁਤ ਬਹਾਦਰੀ ਨਾਲ ਇਹਨਾਂ ਨੇ ਲੜ ਕੇ ਜਾਨਾਂ ਕੁਰਬਾਨ ਕੀਤੀਆਂ, ਆਪਣੀਆਂ ਵਫਾਦਾਰੀਆਂ ਸੀ ਇਹਨਾਂ ਦੀ ਅੰਗਰੇਜ਼ਾਂ ਪ੍ਰਤੀ, ਉਦੋਂ ਅੰਗਰੇਜ਼ੀ ਫੌਜ 'ਚ ਕੰਮ ਕਰਦੇ ਸਨ, ਅਤੇ ਇਹਨਾਂ ਦੀ ਜਿਹੜੀ ਸ਼ਹਾਦਤ ਨੂੰ ਵੀ ਅਸੀਂ ਸਲਾਮ ਕਰਦੇ ਹਾਂ। ਪਰ ਕਿਤੇ ਨਾ ਕਿਤੇ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਵੀ ਜਿਹੜੇ ਲੋਕ ਗੁਲਾਮੀ ਦੇ ਸਮੇਂ ਦੇ ਵਿੱਚ ਅੰਗਰੇਜ਼ਾਂ ਲਈ ਲੜੇ ਉਹਨਾਂ ਦੇ ਤਾਂ ਅੱਜ ਦਿਹਾੜੇ ਮਨਾਏ ਜਾ ਰਹੇ ਨੇ, ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਵਿੱਚ ਜੋਸ਼ ਖਤਮ ਹੋ ਗਿਆ ਸੀ, ਪੰਜਾਬੀਆਂ ਦੇ ਵਿੱਚ ਇੱਕਦਮ ਸਰਕਾਰੇ ਖਾਲਸਾ ਇੱਕ ਤਰ੍ਹਾਂ ਨਾਲ ਜਿਵੇਂ ਸਾਰਿਆਂ ਨੂੰ ਲੱਗਦਾ ਵੀ ਉਸ ਇਲਾਕੇ ਦਾ ਨਹੀਂ ਉਹ ਦੇਸ਼ ਦਾ ਨਹੀਂ, ਉਹ ਹਰ ਘਰ ਘਰ ਦਾ ਜਿਵੇਂ ਪਿਓ ਮਰ ਗਿਆ ਹੋਵੇ, ਅਤੇ ਸਾਰੇ ਉਹਦੇ ਆਪ ਨੂੰ ਅਨਾਥ ਮਹਿਸੂਸ ਕਰਦੇ ਸੀ। ਉਹਨਾਂ ਵੇਲਿਆਂ ਦੇ ਵਿੱਚ ਸਿੱਖਾਂ ਨੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਅੰਗਰੇਜ਼ਾਂ ਦੇ ਖਿਲਾਫ, 4 ਲੜਾਈਆਂ ਲੜੀਆਂ, ਉਹਦੇ ਵਿੱਚ ਸ਼ਹਾਦਤਾਂ ਪਾਉਣ ਵਾਲਿਆਂ ਨੂੰ ਅੱਜ ਵੀ ਨਹੀਂ ਪੁੱਛਿਆ ਜਾ ਰਿਹਾ, ਉਹ ਉਹਨਾਂ ਦੇ ਜਿਹੜੇ ਉੱਥੇ ਯਾਦਗਾਰ ਬਣਾਈ ਗਈ ਆ ਉਹ ਬਿਲਕੁਲ ਮੰਦਹਾਲੀ ਦੇ ਵਿੱਚ। ਪਰ ਇਹ ਸੋਚਣ ਵਾਲੀ ਗੱਲ ਹੈ, ਜਿੱਦਾਂ ਤੁਸੀਂ ਸਰਕਾਰਾਂ ਦੀ ਗੱਲ ਕਰ ਰਹੇ ਸੀ, ਜਦੋਂ ਵੋਟਾਂ ਹੁੰਦੀਆਂ ਉਦੋਂ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾਂਦਾ, ਚਾਹੇ ਉਹ ਸੈਣੀ ਵਾਲਾ ਬਾਰਡਰ ਲਾ ਲਓ, ਉਸ 'ਤੇ ਆ ਕੇ ਸਾਡੇ ਮੰਤਰੀ ਜਾਂ CM ਆ ਕੇ ਉੱਥੇ ਨਮਸਤਕ ਹੁੰਦੇ ਆ, ਤਾਂ ਅੱਗੇ ਪਿੱਛੇ ਇਹਨਾਂ ਸ਼ਹੀਦਾਂ ਨੂੰ ਵਿਸਾਰ ਦਿੱਤਾ ਜਾਂਦਾ। ਜਿੱਦਾਂ ਤੁਸੀਂ ਫਿਰੋਜ਼ਸ਼ਾਹ ਦੀ ਗੱਲ ਕਰ ਰਹੇ ਸੀ, ਅਸੀਂ ਵੀ ਪਤਾ ਕੀਤਾ, ਕਹਿੰਦੇ ਉੱਥੋਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਤਾਂ ਤਨਖਾਹਾਂ ਵੀ ਜਿਹੜੀਆਂ ਉਹ ਵੀ ਬੰਦ ਹੋਈਆਂ ਪਈਆਂ। ਇਹ ਵੇਖੋ ਹੁਣ ਜਦੋਂ ਇਹਦੀ ਇਸ ਦੀ ਗੱਲ ਕਰਦੇ ਹਾਂ, ਪਿਛਲੇ 5 ਸਾਲ ਕਾਂਗਰਸ ਦਾ ਰਾਜ ਸੀ, ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਦਾ ਰਾਜ ਸੀ, ਉਸ ਤੋਂ ਪਹਿਲਾਂ ਵੀ ਜਿਨ੍ਹਾਂ ਜਿਨ੍ਹਾਂ ਦਾ ਰਾਜ ਸੀ, ਇੱਥੋਂ 8-9 ਕਿਲੋਮੀਟਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸਮਾਰਕ ਨੇ, ਪੰਜਾਬ ਦਾ ਹਰ ਮੁੱਖ ਮੰਤਰੀ 23 ਮਾਰਚ ਨੂੰ ਤਾਂ ਜ਼ਰੂਰ ਉੱਥੇ ਜਾ ਕੇ ਨਤਮਸਤਕ ਹੁੰਦਾ, ਉੱਥੇ ਸੂਬਾ ਪੱਧਰੀ ਸਮਾਗਮ ਹੁੰਦਾ। ਪਰ ਜਦੋਂ ਕਾਂਗਰਸ ਦੀ ਵਾਰੀ ਆਈ, ਕੈਪਟਨ ਅਮਰਿੰਦਰ ਸਿੰਘ 5 ਸਾਲਾਂ ਦੇ ਵਿੱਚ 1 ਵਾਰ ਵੀ ਉੱਥੇ ਨਹੀਂ ਗਏ, ਨਾ ਤਾਂ ਉਹ 23 ਮਾਰਚ ਨੂੰ ਗਏ ਸ਼ਹੀਦੀ ਦਿਹਾੜੇ, ਅਤੇ ਨਾ 28 ਸਤੰਬਰ ਨੂੰ ਉਹਨਾਂ ਦੇ ਜਨਮ ਦਿਹਾੜੇ 'ਤੇ ਗਏ। ਔਰ ਹੁਣ ਉਸ ਤੋਂ ਬਾਅਦ 1.5 ਸਾਲ ਇਸ ਸਰਕਾਰ ਨੂੰ ਹੋ ਗਿਆ, 2 ਵਾਰ ਜਾਂ 3 ਵਾਰ ਜਦੋਂ ਵੀ ਮੌਕਾ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਜਾ ਗਏ ਆ। ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਲਾਸਟ ਏਜ ਦੇ ਵਿੱਚ ਵੀ, ਕਮਜ਼ੋਰੀ ਦੇ ਵਿੱਚ, ਬਿਮਾਰੀ ਦੇ ਵਿੱਚ ਵੀ ਜਾਂਦੇ ਰਹੇ ਉੱਥੇ, ਪਰ ਉਹ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਇਹ ਸਾਰਾਗੜੀ ਦੇ ਸ਼ਹੀਦਾਂ ਦੀ ਕਿਤਾਬ ਲਿਖਣ ਅਤੇ ਉਹਨੂੰ ਇੰਗਲੈਂਡ ਦੇ ਵਿੱਚ ਜਾ ਕੇ ਰਿਲੀਜ਼ ਕਰਾਉਣ 'ਚ ਤਾਂ ਮਸਰੂਫ ਰਹੇ। ਇੱਥੇ ਜਿਹੜਾ ਸਮਾਗਮ ਕਰਾਇਆ ਉਹਦੇ ਵਿੱਚ 6 ਕੈਬਨਿਟ ਮੰਤਰੀ ਉਹਨਾਂ ਦੀ ਐਬਸੈਂਸ ਦੇ ਵਿੱਚ, ਕਿਉਂ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੇ ਵਿੱਚ ਕਿਤਾਬ ਰਿਲੀਜ਼ ਕਰ ਰਹੇ ਸਨ, ਇੱਥੇ ਕਾਂਗਰਸ ਦੇ 6 ਕੈਬਨਿਟ ਮੰਤਰੀ, 30 ਦਰਜਨ ਤੋਂ ਵੱਧ MLA ਇਸ ਸੂਬਾ ਪੱਧਰੀ ਸਮਾਗਮ ਦੇ ਵਿੱਚ ਆਏ ਹੋਏ ਸਨ। ਪਰ ਇੱਥੋਂ ਸਿਰਫ 20 ਕਿਲੋਮੀਟਰ ਦੂਰ ਐਂਗਲੋ ਸਿੱਖ ਵਾਰ ਮੈਮੋਰੀਅਲ ਹੈ, ਉਹ ਇੰਨੀ ਮੰਦਹਾਲੀ ਦੇ ਵਿੱਚ ਆ, ਉਹਨੂੰ ਕਿਸੇ ਨੇ ਨਹੀਂ ਪੁੱਛਿਆ। ਇਹ ਨਹੀਂ ਕਿ ਜਾਂਦੇ ਉੱਥੋਂ ਗੇੜਾ ਹੀ ਮਾਰ ਕੇ 2 ਫੋਟੋ ਹੀ ਖਿਚਾ ਲਈਏ, ਇਹ ਤਾਂ ਫੋਟੋ ਵੀ ਖਿਚਾਉਣ ਤੱਕ ਨਹੀਂ ਉੱਥੇ ਗਿਆ, ਹੋਰ ਤੱਕ ਹੀ ਕਰਨਾ। ਹੁਣ ਇਹ ਸੋਚਣ ਵਾਲੀ ਗੱਲ ਹੈ ਵੀ ਕਿਉਂ ਇੰਨਾ ਜ਼ਿਆਦਾ, ਅਜੇ ਵੀ ਸਾਡੀ ਆਜ਼ਾਦ ਹੋਏ ਨੂੰ ਸਾਨੂੰ 75 ਸਾਲ ਦੇ ਉੱਤੇ ਹੋ ਗਿਆ, ਅੰਗਰੇਜ਼ ਭਗਤੀ ਸਾਡੇ 'ਚ ਅਜੇ ਵੀ ਹੈਗੀ ਹੈ, ਪਰ ਅਸੀਂ ਅਹੁਦਿਆਂ ਨੂੰ ਜਿਹੜੇ ਸਾਡੇ ਅਹੁਦੇ ਸ਼ਹੀਦ ਹੋਏ ਸੀ, ਜਿਹੜੇ ਦੇਸ਼ ਲਈ ਕੌਮ ਲਈ ਸ਼ਹੀਦ ਹੋਏ ਸੀ, ਉਹਨਾਂ ਨੂੰ ਨਹੀਂ ਅਸੀਂ ਪੁੱਛ ਰਹੇ। ਇਹ ਬਹੁਤ ਵੱਡੀ ਇਹ ਸਵਾਲੀਆ ਨਿਸ਼ਾਨ ਹੈ, ਇਹ ਸਿਰਫ ਇੱਕ ਬੰਦੇ 'ਤੇ ਨਹੀਂ, ਇੱਕ ਪੋਲੀਟੀਕਲ ਪਾਰਟੀ 'ਤੇ ਨਹੀਂ, ਇਹ ਸਾਰੇ ਸਿਆਸੀ ਨਿਜ਼ਾਮ 'ਤੇ ਸਵਾਲੀਆ ਨਿਸ਼ਾਨ ਹੈ ਕਿ ਆਖਿਰ ਕਿਉਂ ਉਹਨਾਂ ਦਾ ਕੀ ਕਸੂਰ ਸੀ। ਤਾਂ ਬਿਲਕੁਲ, ਇਹ ਸੀ ਸਾਡੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਥਿੰਨ, ਤਾਂ ਤਸਵੀਰਾਂ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਦੇ ਹਾਂ, ਤਸਵੀਰਾਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ। ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਸਾਰਾਗੜੀ ਦਾ, ਸਾਰਾਗੜੀ ਆ, ਅਤੇ ਇੱਧਰ ਜਿਹੜਾ ਪੰਡਾਲ ਆ ਉਹ ਲੱਗਿਆ ਹੋਇਆ, ਜਿੱਥੇ ਅੱਜ ਪੰਜਾਬ ਦੇ CM ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਪਹੁੰਚ ਰਹੇ ਆ, ਤਾਂ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਆ ਉਹ ਅੱਜ ਫਿਰੋਜ਼ਪੁਰ ਵਿੱਚ ਦਿੱਤੀ ਜਾਵੇਗੀ। ਥੋੜ੍ਹੀ ਦੇਰ ਤੱਕ CM ਜਿਹੜੇ ਆ ਉਹ ਇੱਥੇ ਪਹੁੰਚ ਰਹੇ ਆ। ਫਿਰੋਜ਼ਪੁਰ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ ਦਾ ਸਮਰਪਣ।